ਮੋਗਾ ਦੀ NRI ਥਾਣੇ ਦੇ ਬਾਹਰ ਬੈਠੀ ਆਪਣੇ ਮੁੰਡੇ ਦੀ ਵਿਆਹ ਵਾਲੀ ਐਲਬਮ ਦਿਖਾ ਰਹੀ ਇਹ ਔਰਤ ਜਿਸ ਦਾ ਨਾਮ ਮਹਿੰਦਰ ਕੌਰ ਹੈ ਤੇ ਪਿੰਡ ਟੁੜਕੇ ਦੀ ਰਹਿਣ ਵਾਲੀ ਹੈ। ਦਰਅਸਲ ਇਸ ਦਾ ਪੁੱਤਰ ਪਹਿਲਾਂ ਕੁਵੈਤ ਰਹਿੰਦਾ ਸੀ ਅਤੇ ਜਿਸ ਕੁੜੀ ਨਾਲ ਇਸ ਦਾ ਵਿਆਹ ਹੋਇਆ ਉਹ ਕੈਨੇਡਾ ਵਿੱਚ ਰਹਿੰਦੀ ਸੀ ਅਤੇ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਮਗਰੋਂ ਦੋਵੇਂ ਜਣੇ ਕੈਨੇਡਾ ਚਲੇ ਗਏ। ਪਰ ਕੈਨੇਡਾ ਜਾ ਕੇ ਇਸ ਔਰਤ ਦੀ ਨੂੰ ਇਸ ਤਰ੍ਹਾਂ ਬਦਲ ਗਈ ਕਿ ਆਪਣੇ ਘਰ ਵਾਲੇ ਨੂੰ ਦਰ ਦਰ ਦੀਆਂ ਠੁਕਰਾਂ ਖਾਣ ਲਈ ਸੜਕ ਉੱਤੇ ਛੱਡ ਦਿੱਤਾ ਤੇ ਆਪ ਖੁਦ ਮਕਾਨ ਮਾਲਕ ਦੇ ਨਾਲ ਰਹਿਣ ਲੱਗ ਪਈ। ਬਸ ਪਤਾ ਹੀ ਨਹੀਂ ਕੋਈ ਕੀ ਗੱਲ ਬਣ ਗਈ। ਇਹ ਪਹਿਲਾਂ ਵਧੀਆ ਸੈੱਟ ਸੀ, ਆਪਸ ਵਿੱਚ ਇਹਨਾਂ ਨੇ ਗੱਲ ਕੀਤੀ ਹੈ। ਬੇਟਾ ਮੇਰਾ ਕੁਵੈਤ ਸੀ, ਇਹ ਕਨੇਡਾ ਸੀ। ਉੱਥੇ ਆਏ ਆ ਕੇ ਇਹਨਾਂ ਨੇ ਫਿਰ ਇੱਥੇ ਅਸੀਂ ਇਹਨਾਂ ਦੇ ਪਰਿਵਾਰ ਨਾਲ ਸਾਰੀ ਸਹਿਮਤੀ ਦੇ ਨਾਲ ਵਿਆਹ ਰਜਿਸਟਰ ਪੱਕਾ ਵਿਆਹ ਕੀਤਾ ਸੀ। ਪੱਕਾ ਵਿਆਹ ਕਰਕੇ ਉਦੋਂ ਬਾਅਦ 3 ਕੁ ਮਹੀਨਿਆਂ ਬਾਅਦ ਮੇਰਾ ਬੇਟਾ ਚਲਿਆ ਗਿਆ। 1 ਮਹੀਨੇ ਕੁ ਬਾਅਦ ਇਹ ਚਲੀ ਗਈ। ਹਾਂਜੀ ਹਾਂ, ਲੜਕੀ ਨੇ ਬੁਲਾਇਆ ਸੀ। ਲੜਕੇ ਨਹੀਂ, ਅੱਡ ਅੱਡ ਰਹਿੰਦੇ ਹੁਣ, ਬਸ ਅੱਡ ਬਣ ਗਏ। ਉਹਨਾਂ ਦੀ ਆਪਸ ਵਿੱਚ ਨਹੀਂ ਬਣੀ, ਇਹ ਉਹ ਕੰਮ 'ਤੇ ਗਿਆ ਹੋਇਆ ਸੀ, ਇਹਨੇ ਪਿੱਛੋਂ ਸਮਾਨ ਚੱਕ ਕੇ ਉੱਪਰ ਚੜ੍ਹ ਗਈ। ਮਾਲਕ ਮਕਾਨਾਂ ਦੇ ਨਾਲ ਚਲੀ ਗਈ ਉੱਥੇ। 40 ਲੱਖ ਲਾਇਆ ਸੀ, ਸਾਰਾ ਖਰਚਾ ਅਸੀਂ ਕੀਤਾ ਪੈਲਸ ਦਾ, ਸਾਰਾ ਵਿਆਹ ਦਾ। 1 ਮਹੀਨਾ ਸਾਡੇ ਕੋਲ ਰਹੀ ਹੈ ਇੱਥੇ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵੀ ਜਿਹੜਾ ਅਸੀਂ ਹੁਣ ਇੰਨਾ ਖਰਚਾ ਕੀਤਾ ਅਤੇ ਸਾਡਾ ਬੱਚਾ ਉੱਥੇ ਬਿਨਾਂ ਸਭ ਪਾਸੇ ਤੋਂ ਬੈਠਾ। ਇੱਕ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਪਹਿਲਾਂ ਸੀਨੀਅਰ ਅਫਸਰਸ ਕੋਲ, ਉੱਥੋਂ ਪੜਤਾਲ ਹੋ ਕੇ ਆਈ ਹੈ ਮੁਕੱਦਮਾ ਦਰਜ ਕਰਨ ਲਈ 420-120 ਦਾ। ਇੱਕ ਲੜਕਾ ਸੀਗਾ, ਉਹਨੂੰ ਲੜਕੀ ਨੇ ਵਿਦੇਸ਼ ਬੁਲਾ ਲਿਆ ਅਤੇ ਸਾਰਾ ਖਰਚਾ ਵਗੈਰਾ ਲੜਕੇ ਵਾਲੀ ਫੈਮਿਲੀ ਨੇ ਕੀਤਾ ਅਤੇ ਬਾਹਰ ਜਾ ਕੇ ਉਹਨੇ ਉਹਨੂੰ PR ਵਗੈਰਾ ਨਹੀਂ ਕਰਵਾਈ। ਉਹਦੇ ਸੰਬੰਧ 'ਚ ਦਰਖਾਸਤ ਦਿੱਤੀ ਸੀ ਜੋ ਇਹ ਮੁਕੱਦਮਾ ਦਰਜ ਹੋ ਚੁੱਕਿਆ ਅਤੇ ਜਿਹੜੀ ਅਗਲੀ ਤਫਤੀਸ਼ ਆ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਗਾ ਕਰ ਰਿਹਾ।